ਡਾਕਟਰ ਪ੍ਰਦੀਪ ਕੌੜਾ ਦੀ ਕਹਾਣੀ 파ਰਖੂ ਰੇੜੀ ਤੇ ਤੁਰ ਫਿਰ ਕੇ ਸਬਜ਼ੀ ਵੇਚਣ ਤੋਂ ਤਰੱਕੀ ਕਰਕੇ ਉਹਨੇ ਗਲੀ ਦੇ ਮੋੜ ਵਾਲੀ ਬੈਠਕ ਕਿਰਾਏ ਤੇ ਲੈ ਲਈ ਚਾਰ ਪੈਸੇ ਹੋਣ ਤੇ ਪੱਕਾ ਅੱਡਾ ਬਣ ਜਾਣ ਕਰਕੇ ਉਹ ਰੁਲਿਏ ਤੋਂ ਰੁਲਿਆ ਸਿੰਘ ਬਣ ਗਿਆ ਸੀ ਦੋ ਚਾਰ ਮਿੱਤਰਾਂ ਬੇਲੀਆਂ ਨਾਲ ਰਲ ਕੇ ਉਹਨੇ ਪਿਛਲੇ ਦਿਨੀ ਮੰਡੀ ਤੋਂ ਇੱਕ ਘੋੜੀ ਲਿਆਉਂਦੀ ਤੇ ਫੇਰ 2000 ਨਫੇ ਤੇ ਵੇਚ ਦਿੱਤੀ ਬਸ ਉਸੇ ਦਿਨ ਦਾ ਉਹਦੀ ਦੁਕਾਨ ਨੂੰ ਤਾਲਾ ਲੱਗ ਗਿਆ ਉਨੇ ਸਬਜ਼ੀ ਦਾ ਕੰਮ ਬੰਦ ਕਰਕੇ ਘੋੜਿਆਂ ਦੀ ਖਰੀਦ-ਵੇਚ ਦਾ ਕੰਮ ਕਰਨ ਦਾ ਪੱਕਾ ਮਨ ਬਣਾ ਲਿਆ ਸੀ ਤੇ ਅੱਜ ਉਹ ਨੇੜੀ ਇੱਕ ਘੋੜਿਆਂ ਦੀ ਮੰਡੀ 'ਚ ਘੋੜਾ ਖਰੀਦਣ ਚੱਲਿਆ ਸੀ ਮੰਡੀ ਵੱੜ ਦੀ ਇੱਕ ਪਾਸੇ ਤੋਂ ਆਵਾਜ਼ ਆਈ ਸਰਦਾਰਾ ਕਿਵੇਂ ਘੋੜੀ ਖਰੀਦਣ ਆਇਆ ਹੈਂ ਕਿ ਤੇ ਇੱਕ ਵਾਰੀ ਇੱਧਰ ਵੀ ਨਿਗਾਹ ਮਾਰ ਜਾ ਵੇਖਣ ਦਾ ਕੋਈ ਮੁੱਲ ਨਹੀਂ ਵਪਾਰੀਆ ਵੇਖਣ ਦਾ ਕੋਈ ਮੁੱਲ ਨਹੀਂ ਵਪਾਰੀਆ ਸੁਣ ਕੇ ਉਹਦੀ ਪੈੜ ਚਾਲ ਰਤਾ ਢਿੱਲੀ ਪੈ ਗਈ ਤੇ ਨਾਲੇ ਇਹ ਗੱਲ ਉਹਦੇ ਕੁਝ ਮਨ ਵੀ ਲੱਗੀ ਲੈਣੀ ਤਾਂ ਪਘੋੜੀ ਹੈ ਪਰ ਦੇਖਣ ਚ ਕੀ ਹਰਜ਼ ਹੈ ਨਾਲੇ ਹੁਣ ਜਦੋਂ ਇਸ ਕੰਮ ਚ ਪੈ ਹੀ ਗਏ ਤਾਂ ਸਾਰੀ ਜਾਣਕਾਰੀ ਰੱਖਣੀ ਬਣਦੀ ਹੈ ਸੋਚ ਕੇ ਰੁਕ ਗਿਆ ਸਰਦਾਰਾ ਅਸੀਂ ਵੀ ਕਦੇ ਤੇਰੇ ਵਾਂਗੂ ਘੋੜਿਆਂ ਦੇ ਵਪਾਰੀ ਸੀ ਪਰ ਤੈਨੂੰ ਇੱਕ ਰਾਜ਼ ਦੀ ਗੱਲ ਦਸੀਏ ਅੱਜ ਕੱਲ ਕਿਹਨੂੰ ਪਛਾਣ ਰਹੀ ਹੈ ਘੋੜਿਆਂ ਗਧਿਆਂ ਦੀ ਘੋੜਿਆਂ ਘਾੜਿਆਂ ਦੇ ਸਮੇਂ ਲੰਘ ਗਏ ਬਾਈ ਜੀ ਜਿਵੇਂ ਸੰਤਰੇ ਦੀ ਥਾਂ ਚਾਰੇ ਪਾਸੇ ਕਿੰਨੂ ਦੀ ਚੜਤ ਹੋ ਗਈ ਓਵੇਂ ਅੱਜ ਕੱਲ ਦੁਨੀਆ ਗਧਿਆਂ ਦੀ ਗਾਹਕ ਹੈ ਵਪਾਰੀਆ ਨਾਲੇਕ ਚੰਗੇ ਘੋੜੇ ਦੇ ਮੁੱਲ ਨੂੰ 10 ਗਧੇ ਆ ਜਾਣਗੇ ਘੋੜੇ 'ਚ ਵੱਧੋ ਵੱਧ 5 ਕਮਾ ਲੈਗਾ ਜ਼ੋਰ ਮਾਰ ਕੇ 7 ਇਧਰ ਜੀ ਹਰੇਕ ਗਧੇ 'ਚ 1000 ਵੀ ਬਚਿਆ ਤਾਂ ਹੋ ਗਿਆ 10000 ਦੂਜੇ ਨੇ ਲੱਗਦੇ ਹੱਥ ਗਧੇ ਤੇ ਪੱਖੇ 'ਚ ਤੇ ਲੀਨ ਦਿੱਤੇ ਘੋੜਾ ਜਿੰਨੇ ਦਿਨ ਤੇਰੇ ਕਿੱਲੇ ਤੇ ਬੰਨਿਆ ਰਿਆ ਖਾਣ ਨੂੰ ਛੋਲੇ ਭਾਲੂ ਤੇ ਇਹਨੇ ਪੰਜਾਂ ਦੇ ਨੀਰੇ ਤੋਂ ਵਿਰ ਜਾਣਾ ਹੋਰ ਛੱਡ ਸਾਰੀਆਂ ਗੱਲਾਂ ਘੋੜਾ ਹੁੰਦਾ 5 5.5 ਫੁੱਟ ਉੱਚਾ ਤੇ ਮਾੜੇ ਬੰਦੇ ਤੋਂ ਬਾਈ ਜੀ ਚੜ੍ਹ ਵੀ ਨਹੀਂ ਹੁੰਦਾ ਆ ਗਧੇ ਦੇਖ ਧਰਮ ਨਾਲ ਕੀ ਸੋਹਣੇ ਨੇ ਕੋਈ 4 ਫੁੱਟ ਤੋਂ ਉੱਤੇ ਨਹੀਂ ਭਾਵੇਂ ਜੋ ਆਕਟ ਪੁੱਸੀ ਮਾਰ ਕੇ ਚੜ ਜੇ ਕਹਿੰਦੇ ਹੀ ਤੀਜੇ ਨੇ ਕੋਲ ਸਿਰ ਸੁਟੀ ਖੜੇ ਗਦੇ ਦੀ ਪਿੱਠ ਤੇ ਥਾਪੀ ਦੇ ਕੇ ਕਿਹਾ ਸਰਦਾਰਾ ਨਿਗਾਹ ਤਾ ਭੁਮਾ ਕੇ ਦੇਖ ਦਿਨਾਂ ਕਿਤੇ ਦੂਰ ਦੂਰ ਤੱਕ ਤੇਰੇ ਨੇੜੇ ਤੇੜੇ ਘੋੜਾ ਤਾਂ ਕੀ ਕਹਿਣਿਆ ਬਈ ਚੁੱਪ ਕਰਕੇ ਗਦਾ ਖਰੀਦ ਗਦਾ ਤੂੰ ਤਾਂ 파ਰਖੂ ਬੰਦਾ ਐ ਤੈਨੂੰ ਅਸੀਂ ਅਨਪੜ੍ਹ ਕੀ ਸਮਝਾਵਾਂਗੇ ਚੌਥੇ ਨੇ ਨਾਲ ਦੇ ਨੂੰ ਅੱਖ ਦੱਬ ਕੇ ਗਿਆ ਮੂੰਹ ਕੁਝ ਰੇਟ ਵੀ ਫਟੋਂਗੇ ਕੇ ਕਹਿੰਦੇ ਉਹਨੇ ਗਧਿਆਂ ਦੇ ਚਾਰੇ ਪਾਸੇ ਢਿੰਗਾ ਮਾਰ ਕੇ ਗਧਿਆਂ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਬਸ ਫੇਰ ਕੀ ਸੀ ਦਿਨਾਂ ਜੀ ਰੁਲੀਆ ਸਿੰਘ ਨੇ ਸਾਰਾ ਵੇੜਾ ਗਧਿਆਂ ਨਾਲ ਭਰ ਦਿੱਤਾ ਧੰਨਵਾਦ